ਕੁੱਤਾ, ਉਹਦੀ ਕੁੱਤਾ, ਉਹਦੀ ਕੁੱਤਾ, ਉਹਦੀ ਕੁੱਤਾ, ਅਮਰ ਸ਼ਾਹ, ਅਮਰ ਸ਼ਾਹ, ਪੰਜਾਬ ਸਰਕਾਰ, ਹੈਪੀ ਸੰਧੂ ਜਿੰਦਾਬਾਦ, ਹੈਪੀ ਸੰਧੂ ਜਿੰਦਾਬਾਦ। ਸਰ ਜਿਹੜਾ ਚੌਂਕ ਬੰਦ ਕਰਨ ਦੀ ਗੱਲ ਕੀਤੀ ਗਈ ਸੀ, ਜਾਮ ਕਰਨ ਦੀ ਗੱਲ ਕੀਤੀ ਗਈ, ਕੀ ਹੁਣ ਉਹਦੇ ਨਾਲ ਚੱਲੇਗਾ? ਜਿੱਦਾਂ ਸਾਡੇ ਲੀਡਰ ਕਹਿਣਗੇ ਅਸੀਂ ਉਹਨਾਂ ਲੀਡਰਾਂ ਦੇ, ਜੇ ਸਾਨੂੰ ਕਹਿਣਗੇ ਵੀ ਥੱਲੇ ਆ ਜਾਓ, ਥੱਲੇ ਵੀ ਆਵਾਂਗੇ ਕਾਹੇ ਤੇ, ਅਸੀਂ ਆਪਦੀ ਜਾਨ ਦੇ ਦੂੰਗੇ ਹਾਜ਼ਰ ਲੀਡਰ ਖਤਮ, ਕੋਈ ਗੱਲ ਨਹੀਂ ਕੀ। 7 ਲੱਖ ਰੁਪਈਆ ਜੁਰਮਾਨਾ, 10 ਸਾਲ ਦੀ ਸਜ਼ਾ। ਜੇ 10 ਲੱਖ ਉਹਦੇ ਕੋਲ ਹੋਵੇ, ਡਰਾਈਵਰ ਕੋਲ, ਆਪਣੀ ਗੱਡੀ ਕਿਉਂ ਨਹੀਂ ਪਾ ਲੈਂਦਾ? ਉਹ ਡਰਾਈਵਰੀ ਕਾਹਦਾ, ਦਿਨ ਰਾਤ ਮੰਨ ਰਿਹਾ ਆ, ਉਹ ਰਾਤਾਂ ਝਾਕਣ ਰਿਹਾ ਆ। 10 ਲੱਖ ਦੀਆਂ ਗੱਡੀਆਂ ਮੋਦੀ ਸਰਕਾਰ, ਪਿੱਛੇ ਆਇਆ ਬੜਾ, ਪਿੱਛੇ ਆਇਆ ਮੋਦੀ ਸਰਕਾਰ। ਧਰਨਾ ਲਾਉਣਾ ਆ, ਧਰਨਾ ਲਾਉਣ ਲਈ ਜਿਸ ਤੋਂ ਮਨਜ਼ੂਰੀ ਨਹੀਂ ਮੰਗੀ ਜਾਂਦੀ। ਮੁੱਖ ਮੰਤਰੀ ਪੰਜਾਬ ਇਹ ਕਹਿੰਦੇ ਸੀ
ਪੰਜਾਬ ਦੇ ਵਿੱਚ ਗੱਲ ਕਰਨ ਦੀ ਆਜ਼ਾਦੀ ਆ ਸਾਰਿਆਂ ਨੂੰ ਕਿ ਆਹ ਆਜ਼ਾਦੀ ਆ, ਘਰਾਂ ਦੇ ਵਿੱਚ ਰੇਡ ਹੋ ਰਹੀ ਹੈ, ਮੇਰੇ ਘਰਾਂ ਦੇ ਵਿੱਚ ਸਾਰੇ ਟਰੱਕ ਪਲੇਟਰ ਨੂੰ ਡਰਾਇਆ ਜਾ ਰਿਹਾ, ਇਹ ਆਜ਼ਾਦੀ ਆ, ਇੱਦਾਂ ਨਹੀਂ ਜਿੰਨਾ ਡਰਾਉਣਾ ਡਰਾਓ। ਕੱਲ ਵੀ ਲੋਕਾਂ 'ਚ ਬਹੁਤ ਪੈਨਿਕ ਬਣਿਆ ਸੀਗਾ, ਜਦੋਂ ਸਪਲਾਈ ਚੇਨ ਸੈੱਟ ਹੋਈ ਸੀ, ਅੱਜ ਹੁਣ ਫਿਰ ਰੋਡ ਜਾਮ ਹੋ ਗਈ ਹੈ, ਕਿਵੇਂ ਵੇਖਦੇ ਪਏ ਹੋ? ਕਿ ਗੱਲਬਾਤ ਨਹੀਂ ਹੋਈ ਪ੍ਰਸ਼ਾਸਨ ਨਾਲ, ਕਿਸੇ ਸਿੱਟਾ ਨਿਕਲ ਸਕੇ? ਗੱਲਬਾਤ ਸਰਕਾਰ ਦੀ ਚੱਲਦੀ, ਉਹਨਾਂ ਲੋਕਾਂ ਨਾਲ ਚੱਲਦੀ ਜਿਹੜੇ ਸਰਕਾਰ ਦੇ ਦਲਾਲ ਆ, ਸਰਕਾਰ ਦੇ ਦਲਾਲ ਆ, ਮੈਂ ਸ਼ਰਿਆਮ ਕਹੂੰਗਾ ਸਰਕਾਰ ਦੇ ਦਲਾਲ ਆ। ਕਿੰਨਾ ਗੱਲ ਕਰ ਰਿਹਾ ਮਲਕੀਤ ਸਿੰਘ ਬੱਲ, ਜਿੱਥੇ 1000 ਕਰੋੜ ਦਾ ਬੈਂਕ ਠੱਗੀ ਦਾ ਮਾਮਲਾ ਦਰਜ ਆ, ਉਹ ਸਾਡੀ ਅਗਵਾਈ ਕਰੂਗਾ, ਪੰਜਾਬ ਦੀ ਇੰਡੀਆ ਦੀ ਅਗਵਾਈ ਉਹ ਕਰੂਗਾ। ਮੈਂ ਨਹੀਂ ਮੰਨਦਾ ਆਲ ਇੰਡੀਆ ਵੋਟਰ ਕਾਂਗਰਸ ਨੂੰ, ਨਾ ਮੈਂ ਉਹਦੇ ਝੰਡੇ ਥਾਲੀ ਚੱਲਦਾ, ਨਾ ਚੱਲੂੰਗਾ। ਪੰਜਾਬ ਦੇ ਟਰੱਕ ਆਪਰੇਟਰ ਆਪਣੀ ਲੜਾਈ ਲੜਨਗੇ, ਪੰਜਾਬ ਦੇ ਡਰਾਈਵਰ ਵੀਰਾਂ ਦੀ ਲੜਾਈ ਲੜਾਂਗਾ। ਪੰਜਾਬ ਦੇ ਮੈਨੂੰ ਦੁੱਖ ਆ ਇਸ ਗੱਲ ਦਾ ਕਿ ਅੱਜ ਕਿਸਾਨ ਜਥੇਬੰਦੀਆਂ ਸੁੱਕੀਆਂ ਪਈਆਂ ਆ, ਜਿਹੜੀ ਲੜਾਈ ਮੈਂ ਲੜ ਰਹੇ ਹਾਂ ਅਸੀਂ ਪੰਜਾਬ ਦੇ ਟਰੱਕ ਆਪਰੇਟਰਾਂ ਦੀ ਲੜਾਈ ਲੜ ਰਹੇ, ਲੜਾਈ ਲੜ ਰਹੇ ਹਾਂ ਪੰਜਾਬ ਦੇ ਡਰਾਈਵਰ ਵੀਰਾਂ ਦੀ, ਪੰਜਾਬ ਦੀਆਂ ਟਰੱਕ ਦੀਆਂ ਮੰਗਾਂ ਦੀ ਲੈ ਕੇ ਲੜਾਈ ਲੜ ਰਹੇ ਹਾਂ। ਠੀਕ ਗੱਲ ਆ, ਜਿਹੜੀਆਂ ਕਾਰਾਂ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ, ਜਿਹੜੇ ਕਿਸਾਨਾਂ ਦੇ ਟਰੈਕਟਰ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ, ਲੜਾਈ ਡਰਾਈਵਰਾਂ ਦੀ ਵੀਰਾਂ ਦੀ ਆ, ਡਰਾਈਵਰਾਂ ਦੇ ਕਰਕੇ ਹੀ ਸਾਡੇ ਪਰਿਵਾਰ ਪਲਦੇ ਆ, ਉਹਨਾਂ ਕਰਕੇ ਜੋ ਹੈਗਾ ਉਹਨਾਂ ਦੀ ਬਦੌਲਤ ਆ। ਜਿਸ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਸੀ ਸਵੇਰੇ, ਘਰ ਤੋਂ ਗੱਲਾਂ ਵੀ ਹੋਣੀਆਂ ਆਈਆਂ ਕਿ ਨਜ਼ਰਬੰਦ ਕਰ ਦਿੱਤਾ ਗਿਆ ਤੁਹਾਨੂੰ, ਉਹਨੂੰ ਕਿਵੇਂ ਵੇਖਦੇ ਕੋਲ ਕੀ ਇਸ ਕਾਰਵਾਈ ਦਾ? ਐਸਪੀ ਸੰਧੂ ਨੂੰ ਨਜ਼ਰਬੰਦ ਕਰਨਾ ਇੰਨਾ ਸੌਖਾ ਨਹੀਂ, ਕੋਈ ਠੀਕ ਹੈ ਪੁਲਿਸ ਆ, ਪ੍ਰਸ਼ਾਸਨ ਹੈ, ਕੁੱਟ ਸਕਦਾ, ਪਰਚਾ ਦੇ ਸਕਦਾ, ਮੈਨੂੰ ਪਰਚਿਆਂ ਪੁਰਜਿਆਂ ਦੀ ਪਰਵਾਹ ਨਹੀਂ, ਮਲੰਗ ਆਦਮੀ ਆ, ਮੇਰੀ ਰਿਟਰਨਾਂ ਦੇਖ ਲਓ, ਮੇਰੀ ਜੋ ਹੈ ਜ਼ਮੀਨ ਜ਼ਿਆਦਾ ਦੇਖ ਲਓ, ਨਾ ਮੈਂ ਰੁਪਈਏ ਦਾ ਕਿਸੇ ਦਾ ਰਵਾਦਾਰ ਹੈਗਾ, ਨਾ ਮੈਂ ਕੋਈ ਗਲਤ ਕੰਮ ਕਰਦਾ, ਬਾਕੀ ਪਰਚਾ ਦੇਣਾ ਪੁਲਿਸ ਦਾ ਕੰਮ ਹੈ, ਸਰਕਾਰ ਦਾ ਕੰਮ ਹੈ, ਦਵਾਉਣੀ ਹੈ ਦੁਬਾਰਾ ਵੀ ਵਿਕੂਗਾ। ਪ੍ਰਦਰਸ਼ਨ ਕਰੋਗੇ ਕਿ ਅੱਗੇ ਜੋ ਛੁੱਟੀ ਪਿੰਡ ਗਈ ਉੱਥੇ ਜਾਓ? ਪਿੰਡ ਜਾਵਾਂਗੇ। ਠੀਕ ਹੈ, ਠੀਕ ਹੈ, ਠੀਕ ਹੈ।